ਸਤਿ ਸ਼੍ਰੀ ਅਕਾਲ, ਫਤਿਹ, ਆਦਾਬ, ਨਮਸਤੇ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦੇਵਜੋਗੀ। ਸੋ VWSS ਦੀ ਪੂਰੀ ਟੀਮ ਵੱਲੋਂ ਸਭ ਨੂੰ ਲੋਹੜੀ ਦੀਆਂ ਅਤੇ ਮਕਰ ਸੰਕ੍ਰਾਂਤੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਸੋ ਪੰਜਾਬ ਜਿਹੜਾ ਆ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਸੇ ਹਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਸਦੇ ਵਿੱਚੋਂ ਇੱਕ ਤਿਉਹਾਰ ਹੈ ਲੋਹੜੀ ਦਾ, ਜੋ ਆਪਣੇ ਆਪਣੇ ਤਰੀਕੇ ਨਾਲ ਸਭ ਮਨਾਉਂਦੇ ਆ। ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ, ਬਹੁਤ ਬਹੁਤ ਮੁਬਾਰਕਾਂ। ਇਹ ਲੋਹੜੀ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਸੋ ਕਈ ਆਪਣੇ ਆਪਣੇ ਤਰੀਕੇ ਨਾਲ ਮਨਾ ਰਹੇ ਆ, ਕਈ ਪਤੰਗਾਂ ਉਡਾ ਰਹੇ ਆ ਦੋਸਤੋ, ਕਈ ਘਰ ਬੈਠ ਕੇ ਸੈਲੀਬ੍ਰੇਸ਼ਨ ਕਰ ਰਹੇ ਆ, ਕਈ ਲੋਹੜੀ ਬਾਲ ਕੇ ਸੈਲੀਬ੍ਰੇਟ ਕਰ ਰਹੇ ਆ। ਸੋ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੈ, ਹਰ ਇੱਕ ਦਾ ਆਪਣਾ ਆਪਣਾ ਸੁਭਾਵ ਹੈ। ਸੋ ਅੱਜ ਗੱਲ ਅਸੀਂ ਕਰਾਂਗੇ, ਜਿਸ ਤਰ੍ਹਾਂ ਕਿ ਸੈਲੀਬ੍ਰੇਸ਼ਨ ਕਰੋ, ਫੈਸਟੀਵਲ ਸੈਲੀਬ੍ਰੇਸ਼ਨ ਕਰਨ ਵਾਸਤੇ ਹੀ ਹੁੰਦੇ ਆ। ਤੁਸੀਂ ਸੈਲੀਬ੍ਰੇਟ ਕਰੋਗੇ, ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸੋ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਿਸ ਮੁੱਦੇ 'ਤੇ, ਉਹ ਮੁੱਦਾ ਜੋ ਅੱਜ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਪਤਾ ਆ, ਬਟ ਸਾਡੀ ਇੱਕ ਡਿਊਟੀ ਬਣਦੀ ਹੈ ਤੁਹਾਨੂੰ ਅਵੇਅਰ ਕਰਨ ਵਾਸਤੇ। ਇਸ ਵੀਡੀਓ ਦੇ ਜ਼ਰੀਏ ਅਸੀਂ ਤੁਹਾਨੂੰ ਅਵੇਅਰ ਕਰਾਂਗੇ, ਬੱਚੇ ਜਿਸ ਤਰ੍ਹਾਂ ਕਿ ਪਤੰਗਾ ਉਡਾ ਰਹੇ ਆ। ਸੋ ਮੇਰੀ ਰਿਕੁਐਸਟ ਇਹੀ ਆ ਵੀ ਅੱਜ ਕੱਲ੍ਹ ਜਿਹੜੀ ਚਾਈਨਾ ਡੋਰ ਦਾ ਇਸਤੇਮਾਲ ਹੋ ਰਿਹਾ, ਸੋ ਪਲੀਜ਼ ਉਸਦਾ ਇਸਤੇਮਾਲ ਨਾ ਕਰੋ, ਉਹਦੀ ਯੂਜਿਸ ਘਟਾਓ ਤੁਸੀਂ। ਮੇਰਾ ਤਾਂ ਇਹੀ ਕਹਿਣਾ ਵੀ ਉਹਦੀ ਯੂਜਿਸ ਕਰੋ ਹੀ ਨਾ ਤੁਸੀਂ, ਕਿਉਂਕਿ ਹੋਰ ਵੀ ਡੋਰ ਬਹੁਤ ਆਉਂਦੀ ਹੈ। ਪਤੰਗ ਉਡਾਉਣੀ ਹੈ ਤਾਂ ਹੋਰ ਡੋਰ ਵੀ ਠੀਕ ਰਹੇਗੀ, ਜਿਸ ਨਾਲ ਪਤੰਗ ਤੁਹਾਡੀ ਅੱਛੀ ਉੱਡ ਸਕੇਗੀ। ਕੋਈ ਪਾਰਟੀਕੁਲਰ ਇਹ ਨਹੀਂ ਆ ਵੀ ਇੱਕ ਚਾਈਨਾ ਡੋਰ ਨਾਲ ਹੀ ਤੁਹਾਡੀ ਪਤੰਗ ਉੱਚੀ ਚੜ੍ਹੇਗੀ। ਸੋ ਸਭ ਤੋਂ ਪਹਿਲਾਂ ਮੈਂ ਇਹੀ ਅਪੀਲ ਕਰਨਾ ਚਾਹਾਂਗਾ VWSS ਦੀ ਟੀਮ ਵੱਲੋਂ ਵੀ ਤੁਸੀਂ ਚਾਈਨਾ ਡੋਰ ਦਾ ਬਿਲਕੁਲ ਯੂਜਿਸ ਨਾ ਕਰੋ, ਕਿਉਂਕਿ ਇਹ ਨਾ ਹੋਵੇ ਦੋਸਤੋ ਸਿਰਫ ਇੱਕ ਦਿਨ ਦੀ ਸੈਲੀਬ੍ਰੇਸ਼ਨ ਜਿਹੜੀ ਤੁਸੀਂ ਲੋਹੜੀ ਫੈਸਟੀਵਲ ਕਰਨਾ ਆ, ਕਿਸੇ ਲਈ ਦੁਖਦਾਈ ਬਣ ਜਾਏ, ਕਿਸੇ ਦਾ ਨੁਕਸਾਨ ਹੋ ਜਾਏ। ਆਪਣੀ ਖੁਸ਼ੀ ਦੇ ਕਾਰਨ ਕਿਸੇ ਨੂੰ ਦੁੱਖ ਦੇਣਾ ਇਹ ਕੋਈ ਸਹੀ ਸੋਚ ਨਹੀਂ ਹੈ। ਸੋ ਸਾਰੇ ਬੱਚਿਆਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ ਜੋ ਵੀ ਇਹ ਵੀਡੀਓ ਦੇਖ ਰਹੇ ਆ, ਮੇਰੀ ਇਹੀ ਅਪੀਲ ਹੈ, ਪਲੀਜ਼ ਚਾਈਨਾ ਡੋਰ ਦਾ ਯੂਜਿਸ ਨਾ ਕਰੋ। ਕੋਈ ਵੀ ਐਸਾ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਜਿਸ ਲਈ ਕਿਸੇ ਲਈ ਦੁਖਦਾਈ ਬਣ ਜਾਏ, ਕਿਸੇ ਨੂੰ ਕਸ਼ਟਕਾਰੀ ਆ ਜਾਏ। ਸੋ ਇਸਦੇ ਨਾਲ ਹੀ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ VWSS ਦੀ ਟੀਮ ਵੱਲੋਂ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ ਸੋ ਮਚ।